ਤੇ ਅੱਜ ਫਿਰ ਸੈਕਿੰਡ ਡਿਲੀਵਰੀ ਦੇਣ ਲੱਗਾ ਆਪਾਂ ਪਹੁੰਚ ਗਏ ਜੇ ਪੁੱਤ ਕਿਵੇਂ ਦਾ ਲੱਗਾ ਟੋਗੀ ਸੋਹਣਾ ਸੋਹਣਾ ਲੱਗਾ ਠੀਕ ਆ ਤਾਂ ਤੁਹਾਨੂੰ ਮੇਰਾ ਕਿਤਰਾ ਪਤਾ ਲੱਗਾ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਕਰਨ ਲੱਗਾ ਸ਼ੁਰੂ ਸੈਕਿੰਡ ਡਿਲੀਵਰੀ ਪਰਸੋਂ ਤੋਂ ਪਹਿਲੇ ਦਿਨ ਥਾਰ ਲਈ ਸੀ ਆਪਾਂ ਚੌਥ ਅਤੇ ਪਰਸੋਂ ਵੀ ਬਿਜ਼ੀ ਰਹੇ ਹਾਂ ਉਸ ਤਰ੍ਹਾਂ ਚਾੜਨਾ ਹੀ ਅਤੇ ਕੱਲ੍ਹ ਪਠਾਨਕੋਟ ਡਿਲੀਵਰੀ ਦੇਣ ਗਿਆ ਹਾਂ ਪਹਿਲਾ ਟ੍ਰਿਪ ਸੀ ਗੱਡੀ 'ਤੇ ਵੱਡਾ ਤਦ ਕਰਕੇ ਆਪਾਂ ਵਲੌਗ ਨਹੀਂ ਬਣਾਇਆ ਚਾਹਣਾ ਵੀ ਚਲਾਉਂਦੇ ਗੱਡੀ ਭਜਾਉਂਦੇ ਅਤੇ ਅੱਜ ਫਿਰ ਸੈਕਿੰਡ ਡਿਲੀਵਰੀ ਦੇਣ ਲੱਗਾ ਆਪਾਂ ਪਹੁੰਚ ਗਏ ਜੇ ਬਟਾਲਾ ਰੋਡ 'ਤੇ ਆ ਜੇ ਗੋਲਡਨ ਰਿਟਰੀਵਰ ਡਾਰਕ ਬੱਚਾ ਮੇਲ ਮੈਂ ਕਿਹਾ ਦਿਖਾ ਦਈਏ ਤੁਹਾਨੂੰ ਸਾਰਿਆਂ ਨੂੰ ਅਤੇ ਇਹ ਚੱਲਿਆ ਜੀ ਇੱਥੇ ਮੁਸਤਫਾਬਾਦ ਕਲੋਨੀ ਆ ਉੱਥੇ ਅਤੇ ਇਹ ਬਟਾਲਾ ਰੋਡ ਜਾਣਦੇ ਹੁਣ ਅਸੀਂ ਅੰਮ੍ਰਿਤਸਰ ਦਾ ਬਟਾਲਾ ਰੋਡ ਏਰੀਆ ਪੈ ਜਾਂਦਾ ਅਤੇ ਬਸ ਹੋਰ ਅੱਧੇ ਘੰਟੇ ਤੱਕ ਫ੍ਰੀ ਹੋ ਜਾਣਾ ਡਿਲੀਵਰੀ ਕਰਕੇ ਬਾਕੀ ਬੱਚਾ ਚੈੱਕ ਕਰ ਲਓ ਕੁਆਲਿਟੀ ਵਾਈਜ਼ ਲਓ ਜੀ ਆਪਾਂ ਪਹੁੰਚ ਗਏ ਆਰ ਕੇ ਮਾਡਲ ਸਕੂਲ ਦੇ ਬਾਹਰ ਇੱਥੇ ਸੱਦਿਆ ਉਹਨਾਂ ਨੂੰ ਆਉਣ ਲੱਗੇ ਆ ਡੋਗੀ ਲੈਣ ਜਿਨ੍ਹਾਂ ਨੇ ਬੁੱਕ ਕੀਤਾ ਪੁੱਤ ਕਿਵੇਂ ਦਾ ਲੱਗਾ ਡੋਗੀ ਸੋਹਣਾ ਸੋਹਣਾ ਲੱਗਾ ਠੀਕ ਆ ਤਾਂ ਤੁਹਾਨੂੰ ਮੇਰਾ ਕਿਤਰਾ ਪਤਾ ਲੱਗਾ ਸੀ ਕਿ ਪਾਪਾ ਨੇ ਲੱਭਿਆ ਸੀ ਤੁਹਾਡੇ ਪਾਪਾ ਨੇ ਲੱਭਿਆ ਸੀ ਠੀਕ ਹੈ ਵੀਰ ਜੀ ਜਾਨਵਰ ਪਸੰਦ ਆਇਆ ਠੀਕ ਹੈ ਵੀਰ ਧੰਨਵਾਦ ਤੇ ਪੁੱਤ ਟੋਕਰੀ 'ਚ ਪਾ ਲਓ ਅਤੇ ਇਹਨੂੰ ਤੁਹਾਨੂੰ ਮੈਂ ਦੱਸਦਾ ਕਿੱਦਾਂ ਲਓ ਜੀ ਡੋਗੀ ਆਪਾਂ ਕਰਤਾ ਸੀ ਡਿਲੀਵਰ ਅਤੇ ਆਪਾਂ ਫ੍ਰੀ ਹੋ ਗਏ ਹੁਣ ਹੱਲਾਂ ਪੀਣੇ ਅਤੇ ਬਾਕੀ ਧੰਨਵਾਦ ਤੁਹਾਡਾ ਨਿੱਕੇ ਜਿਹੇ ਵਲੌਗ ਨੂੰ ਸਪੋਰਟ ਕਰਨ ਲਈ ਕੱਲ੍ਹ ਜਾਣਾ ਵਾ ਫਤਿਹਗੜ੍ਹ ਚੂੜੀਆਂ ਡੋਗ ਡਿਲੀਵਰ ਕਰਨ ਜਰਮਨ ਸ਼ੈਫਰਡ ਫੀਮੇਲ ਲੌਂਗਕੋਟ ਕੱਲ੍ਹ ਉਹਦਾ ਬਣਾਉਂਦੇ ਵਲੌਗ ਚਲੋ ਧੰਨਵਾਦ ਉਹਨਾਂ ਚਿਰ ਟੇਕ ਕੇਅਰ ਸਾਰੇ ਖਿਆਲ ਰੱਖਿਆ ਕਰੋ ਆਪਣਾ ਓਕੇ ਜੀ ਸਤਿ ਸ਼੍ਰੀ ਅਕਾਲ